ਨਮਸਕਾਰ ਜੀ ਮੈਂ ਤੁਹਾਡਾ ਆਪਣਾ ਡਾਕਟਰ ਡਾਕਟਰ ਰਮੇਸ਼ ਆਈ ਸਪੈਸ਼ਲਿਸਟ ਲੇਸਿਕ ਤੇ ਕੈਟ ਸਰਜਨ ਡਾਕਟਰ ਮੇ ਸੁਪਰ ਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਭਾਈ ਰਤਨ ਨਗਰ ਤੋਂ ਅੱਜ ਤੁਹਾਡੇ ਨਾਲ ਵਾਤਾਵਰਣ ਨਾਲ ਸੰਬੰਧਿਤ ਆਪਣੇ ਅਗਲਾ ਐਪੀਸੋਡ ਜਿਹੜਾ ਟ੍ਰੀਟਮੈਂਟੇਸ਼ਨ ਦਾ ਪਿੰਡਾਂ ਵਿੱਚ ਆਪਾਂ ਸ਼ੁਰੂ ਕੀਤਾ ਹੈ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੁਬਾਰਾ ਫਿਰ ਸ਼ੇਅਰ ਕਰਨਾ ਚਾਹਾਂਗਾ ਜਿਹੜੇ ਜਦੋਂ ਆਪਾਂ ਹਰਿਆਲੀ ਵੱਲ ਦੇਖਦੇ ਹਾਂ ਜਾਂ ਦਰੱਖਤਾਂ ਵੱਲ ਦੇਖਦੇ ਹਾਂ ਤਾਂ ਇਹ ਸਾਡੀ ਇੱਕ ਨਿਸ਼ਾਨੀ ਹੈਗੀ ਹੈ ਸਾਡੀ ਤੰਦਰੁਸਤੀ ਦੀ। ਸੋ ਜਿੱਥੇ ਆਪਾਂ ਪੁਨਰਯੋਗ ਮਿਸ਼ਨ ਵੱਲੋਂ ਪਿਛਲੇ 28-29 ਸਾਲਾਂ ਤੋਂ ਲਗਾਤਾਰ ਅੱਖਾਂ ਦਾ ਅਤੇ ਸਿਹਤ ਸਿੱਖਿਆ ਵਾਸਤੇ ਆਪਾਂ ਸਮਾਜ ਬੇਨਤੀ ਕਰਦੇ ਆ ਰਹੇ ਹਾਂ, ਉਸੇ ਤਰ੍ਹਾਂ ਆਪਾਂ ਇਸ ਸਾਲ ਆਪਾਂ ਖਾਸ ਤੌਰ 'ਤੇ ਆਪਾਂ ਟੀ ਪਲਾਂਟੇਸ਼ਨ ਜਿੱਦਾਂ ਕਿ ਸਾਡੇ ਇਲਾਕੇ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੇ ਪੰਜਾਬ, ਸਾਡੇ ਇੰਡੀਆ 'ਚ, ਸਾਡੇ ਸੰਸਾਰ ਦੇ ਵਿੱਚ ਜਦੋਂ ਜ਼ਿਆਦਾ ਜ਼ਿਆਦਾ ਟੀ ਪਲਾਂਟੇਸ਼ਨ ਹੋਏਗੀ, ਵਾਤਾਵਰਨ ਅੱਛਾ ਹੋਏਗਾ ਤਾਂ ਆਪਾਂ ਹੈਲਦੀ ਹੋਵਾਂਗੇ। ਸੋ ਇੱਕ ਬਹੁਤ ਖੁਸ਼ਹਾਲੀ ਹਰਿਆਲੀ ਇੱਕ ਬਹੁਤ ਵੱਡੀ ਉਹਦਾ ਇੱਕ ਨਿਸ਼ਾਨੀ ਹੈਗੀ ਹੈ। ਸੋ ਪਿਛਲੇ ਸਮੇਂ ਤੋਂ ਆਪਾਂ ਪੁਨਰਜੋਤ ਮਿਸ਼ਨ ਜਿੱਥੇ ਅੱਖਾਂ ਦਾ ਮਿਸ਼ਨ ਦਾ ਆਪਾਂ ਪ੍ਰਮੋਟ ਕਰਦੇ ਆ ਰਹੇ ਹਾਂ, ਨਾਲ ਆਪਾਂ ਹਰਿਆਲੀ ਵਾਸਤੇ ਵੀ ਸੇਵਾ ਕੀਤੀ ਹੈ। ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ ਸਾਡੇ ਜਿਹੜਾ ਆਪਣਾ ਹੋਸਪਿਟਲ ਡਾਕਟਰ ਰਮੇਸ਼ ਸੁਪਰ ਸਪੈਸ਼ਲਿਟੀ ਆਈ ਦੇ ਸੈਂਟਰ ਬ੍ਰਾਂਚ ਰਾਏਕੋਟ ਜਿਹੜਾ ਹੈਗਾ, ਉਹਦੇ ਨਾਲ ਲੱਗਦੇ ਹੋਏ ਜਿਹੜੇ ਪੇਂਡੂ ਇਲਾਕੇ ਦੇ ਵਿੱਚ ਸਾਡੇ ਪਿੰਡਾਂ ਦੇ ਲੋਕਾਂ ਜਿਵੇਂ ਇੰਨਾ ਅੱਛਾ ਕੰਮ ਕੀਤਾ ਹੈ, ਬਾਲਵਾਨ ਆਪਾਂ ਕੋਸ਼ਿਸ਼ ਕੀਤੀ ਹੈਗੀ ਤੁਹਾਡੇ ਨਾਲ ਰੋਕ ਲਾਉਣ ਦੀ। ਅੱਜ ਆਪਾਂ ਗੱਲ ਕਰਾਂਗੇ ਪਿੰਡ ਸਹਿਬਾਜਪੁਰਾ ਜਿਹੜਾ ਬਿਲਕੁਲ ਆਪਣੇ ਰਾਏਕੋਟ ਦੇ ਬਿਲਕੁਲ ਨਾਲ ਨਹੀਂ ਹੈਗਾ ਆ। ਆਪਾਂ ਉਹਦੇ ਵਸੀਕਾਂ ਨੇ ਇੰਨੇ ਅੱਛੇ ਢੰਗ ਦੇ ਨਾਲ ਆਪਣੇ ਉਹਨਾਂ ਨੇ ਪਿੰਡ ਨੂੰ ਕਿੱਦਾਂ ਸੰਵਾਰਿਆ ਹੋਇਆ, ਹਰਾ ਭਰਾ ਕੀਤਾ ਹੋਇਆ, ਆਪਦੇ ਨੂੰ ਰੂਬਰੂ ਕਰਨੇ ਹੈਗੇ। ਅਤੇ ਸਾਡੇ ਕੋਲ ਥੋੜ੍ਹੀ ਛੋਟੀ ਜਿਹੀ ਕੋਸ਼ਿਸ਼ ਸੀਗੀ ਕਿ ਆਪਾਂ ਆਪਣੇ ਪੂਰੇ ਮਿਸ਼ਨ ਵੱਲੋਂ ਕੁਛ ਟੀ ਪਲਾਂਟੇਸ਼ਨ ਵਾਸਤੇ ਆਪਾਂ ਉਹਨਾਂ ਨੂੰ ਸੈਪਲਿੰਗਸ ਦਿੱਤੀਆਂ ਹੈਗੀਆਂ ਨੇ, ਆਓ ਆਪਾਂ ਉਹਨਾਂ ਨੂੰ ਸ਼ੇਅਰ ਕਰੀਏ ਕਿ ਕਿੰਨੇ ਪਿਆਰ ਦੇ ਨਾਲ ਉਹਨਾਂ ਨੇ ਆਪਣੇ ਪਿੰਡ ਨੂੰ ਸਵਾਰਿਆ ਹੋਇਆ।
ਸ੍ਰੀਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਸਹਿਬਾਜਪੁਰਾ ਦੇ ਵਿੱਚ ਤੇ ਜਿੱਥੇ ਸਰਪੰਚ ਸਾਹਿਬ ਦੇ ਨਾਲ ਪੂਰੀ ਟੀਮ ਪਹੁੰਚੀ ਹੈ ਤੇ ਅਸੀਂ ਉਹਨਾਂ ਨੂੰ ਅੱਜ ਗੁੱਟੇ ਦੇ ਰਹੇ ਹਾਂ ਤੇ ਆਹੀ ਗੁੱਟੇ ਅਸੀਂ ਅੱਜ ਸਕੂਲ ਸਰਕਾਰੀ ਸਕੂਲ ਦੇ ਵਿੱਚ ਲਗਾਏ ਜਾਣਗੇ ਤੇ ਗਰਾਊਂਡ ਵਿੱਚ ਲਗਾਏ ਜਾਣਗੇ ਤੇ ਸ਼ਮਸ਼ਾਨ ਘਾਟ ਦੇ ਵਿੱਚ ਲਗਾਏ ਜਾਣਗੇ ਇਸੇ ਤਰ੍ਹਾਂ ਸਾਡਾ ਡਾਕਟਰ ਰਮੇਸ਼ ਸੁਪਰ ਸਪੈਸ਼ਲਿਟੀ ਆਈ ਐਂਡ ਲੇਸਿਕ ਸੈਂਟਰ ਵੱਲੋਂ ਇਹ ਸਾਰਾ ਮੁਹਿੰਮ ਸ਼ੁਰੂ ਕੀਤਾ ਗਿਆ ਹੈ ਤੇ ਹੁਣ ਅਸੀਂ ਅੱਗੇ ਵੱਧਦੇ ਹਾਂ ਬੂਟੇ ਲਗਾਉਣ ਲਈ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਾਡਾ ਪਿੰਡ ਸਹਿਬਾਜਪੁਰਾ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਿੱਚ ਸਥਾਪਿਤ ਹੈ। ਸਾਡੇ ਪਿੰਡ ਸਹਿਬਾਜਪੁਰਾ ਦੇ ਵਿੱਚ ਬਹੁਤ ਹੀ ਵਧੀਆ ਦੋ ਸਕੂਲ, ਸੀਨੀਅਰ ਸੈਕੰਡਰੀ ਸਕੂਲ, ਪ੍ਰਾਇਮਰੀ ਸਕੂਲ ਅਤੇ ਉਸ ਦੇ ਨਾਲ ਹੀ ਬਹੁਤ ਹੀ ਵਧੀਆ ਸਾਡੀ ਦੇਖਣ ਯੋਗ ਜੋ ਗਰਾਊਂਡ ਹੈ ਉਹ ਦੇਖਣ ਯੋਗ ਪਾਰਕ ਬਣਿਆ ਹੋਇਆ। ਉਸ ਦੇ ਨਾਲ ਹੀ ਸ਼ਮਸ਼ਾਨ ਘਾਟ ਉਹ ਵੀ ਇੱਕ ਬਹੁਤ ਹੀ ਵਧੀਆ ਨਮੂਨੇ ਦੀ ਸ਼ਮਸ਼ਾਨ ਘਾਟ ਬਣਾਈ ਆ। ਸਕੂਲ ਦੇ ਵਿੱਚ ਵੀ, ਸ਼ਮਸ਼ਾਨ ਘਾਟ ਦੇ ਵਿੱਚ ਵੀ ਬਹੁਤ ਹੀ ਦਰਖਤ ਲਾਏ ਹੋਏ ਨੇ ਔਰ ਅਸੀਂ ਹੋਰ ਵੀ ਦਰਖਤ ਲਾਉਂਦੇ ਹਾਂ ਹੁਣ ਅਤੇ ਨਾਲ ਹੀ ਉਸ ਦੇ ਸਾਡੇ ਪਾਣੀ ਦਾ ਵਾਟਰ ਵਰਕਸ ਲੱਗਿਆ ਹੋਇਆ ਹੈ ਅਤੇ ਨਾਲ ਹੀ ਆਪਣੇ ਦਾਣਾ ਮੰਡੀ, ਨਾਲ ਹੀ ਸਾਡੇ ਬਹੁਤ ਹੀ ਪੁਰਾਣੇ ਮੰਦਰ ਬਾਬਾ ਸਾਧੂ ਰਾਮ ਜੀ ਦਾ ਸਥਾਪਿਤ ਹੈ ਔਰ ਸਾਡੇ ਪਿੰਡ ਦੋ ਗੁਰਦੁਆਰੇ ਨੇ ਅਤੇ ਜਿਹੜੇ ਦੋਨੇ ਹੀ ਬਹੁਤ ਹੀ ਵਧੀਆ ਪ੍ਰਬੰਧ ਉਹਨਾਂ ਦਾ ਵੀ ਅਤੇ ਪਿੰਡ ਜੋ ਹੈ ਸਾਡਾ ਅੱਜ ਤੋਂ 22-23 ਸਾਲ ਪਹਿਲਾਂ ਇਹ ਪਿੰਡ ਸੰਗਰੂਰ ਦਾ ਸਭ ਤੋਂ ਅਖੀਰਲਾ ਪਿੰਡ ਹੁੰਦਾ ਸੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਔਰ ਉਸੇ ਤਰ੍ਹਾਂ ਹੀ ਅੱਜ ਵੀ ਸਾਡਾ ਪਿੰਡ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਭ ਤੋਂ ਅਖੀਰਲਾ ਪਿੰਡ ਹੈ ਕਿਉਂਕਿ ਨਾਲ ਸਾਡੇ ਪਿੰਡ ਬਰਨਾਲਾ ਸ਼ੁਰੂ ਹੋ ਜਾਂਦਾ ਗਾ ਅਤੇ ਸਾਡੇ ਪਿੰਡ ਵਿੱਚ ਜੇ ਦੇਖਿਆ ਜਾਵੇ ਹਰ ਇੱਕ ਸਹੂਲਤ ਮੁਹੱਈਆ ਹੈ ਕਿਉਂਕਿ ਜੋ ਸਾਡੇ ਪਿੰਡ ਦੀਆਂ ਗਲੀਆਂ ਸੀ, ਗਲੀਆਂ ਅਤੇ ਨਾਲੀਆਂ, ਮੇਰਾ ਖਿਆਲ ਹੈ ਸ਼ਾਇਦ ਪੰਜਾਬ ਦੇ ਵਿੱਚ ਵੀ ਕਿਤੇ ਇਕੱਠੀਆਂ ਨਾਲੀਆਂ ਅਤੇ ਗਲੀਆਂ ਨਹੀਂ ਬਣੀਆਂ। 1957 ਦੇ ਵਿੱਚ ਸਾਡੇ ਇੱਥੇ ਗ੍ਰਾਮ ਸੇਵਕ ਸਰਦਾਰ ਮਲਕੀਤ ਸਿੰਘ ਸੀ ਜਿਨ੍ਹਾਂ ਦੀ ਹਿੰਮਤ ਨਾਲ, ਜਿਨ੍ਹਾਂ ਦੀ ਗਾਈਡੈਂਸ ਨਾਲ ਸਾਡੇ ਪਿੰਡ ਦੀਆਂ ਪੂਰੀਆਂ ਨਾਲੀਆਂ, ਪੂਰੀਆਂ ਗਲੀਆਂ ਬਣੀਆਂ। ਅੱਜ ਵੀ ਜੇ ਸਾਡੇ ਪਿੰਡ ਦੇ ਵਿੱਚ ਜਿੰਨਾ ਮਰਜ਼ੀ ਮੀਂਹ ਪੈ ਜਾਏ ਤੁਸੀਂ ਦੇਖੋ ਚੰਡੀਗੜ੍ਹ ਦੀ ਤਰ੍ਹਾਂ ਥੋੜ੍ਹੇ ਮਿੰਟਾਂ ਦੇ ਵਿੱਚ ਹੀ ਤੁਹਾਨੂੰ ਕਿਤੇ ਪਾਣੀ ਨਜ਼ਰ ਨਹੀਂ ਆਊਗਾ ਕਿਉਂਕਿ ਪਾਣੀ ਦਾ ਜੋ ਪ੍ਰਬੰਧ ਹੈ ਉਹ ਬਹੁਤ ਹੀ ਵਧੀਆ। ਦੋ ਛੱਪੜ ਨੇ, ਇੱਕ ਚੜ੍ਹਦੇ ਵਾਲੇ ਪਾਸੇ, ਇੱਕ ਸ਼ਿਵ ਦੇ ਵਾਲੇ ਪਾਸੇ, ਅੱਧਾ ਪਾਣੀ ਉੱਧਰ ਚਲਾ ਜਾਂਦਾ, ਅੱਧਾ ਉੱਧਰ ਚਲਾ ਜਾਂਦਾ ਅਤੇ ਬਾਕੀ ਜੋ ਪਿੰਡ ਹੈ ਬਹੁਤ ਹੀ ਤਰੱਕੀ ਵਾਲਾ ਪਿੰਡ ਹੈ। ਸਾਡਾ ਪਿੰਡ ਸਾਰਾ ਹੀ ਸੜਕਾਂ ਨਾਲ ਆਲੇ ਦੁਆਲੇ ਜੁੜਿਆ ਹੋਇਆ ਹੈ। ਰਾਏਕੋਟ ਤੋਂ ਧੂਰੀ ਵਾਲੀ ਸੜਕ ਹੈ ਜੋ 18 ਫੁੱਟ ਬਣੀ ਹੈ ਉਹਦੇ ਉੱਪਰ ਸਾਡਾ ਇਹ ਪਿੰਡ ਸਥਾਪਿਤ ਹੈ। ਪਹਿਲਾ ਪਿੰਡ ਹੈ ਰਾਏਕੋਟ ਤੋਂ 5 ਕਿਲੋਮੀਟਰ 'ਤੇ। ਬਾਕੀ ਜੋ ਪਿੰਡ ਦਾ ਮੈਂ ਕਹਾਂ, ਸਾਰੇ ਲੋਕਾਂ ਦਾ ਹਰ ਕੰਮ ਦੇ ਵਿੱਚ ਸਹਿਯੋਗ, ਪਿਆਰ ਸ਼ਾਇਦ ਹੀ ਕਿਸੇ ਪਿੰਡ ਦੇ ਵਿੱਚ ਮਿਲੇ ਜਿੰਨਾ ਸਾਡੇ ਪਿੰਡ ਦੇ ਵਿੱਚ ਲੋਕਾਂ ਦਾ ਆਪਸ ਵਿੱਚ ਪਿਆਰ, ਸਹਿਯੋਗ। ਕੋਈ ਵੀ ਕੰਮ ਹੈ, ਕਿਸੇ ਕੋਈ ਵੀ ਕੰਮ ਹੈ ਜੋ ਅੱਜ ਤੱਕ ਹੋਏ ਨੇ ਜਾਂ ਹੁੰਦੇ ਰਹਿਣਗੇ, ਸਾਰੇ ਲੋਕਾਂ ਦਾ ਬਹੁਤ ਹੀ ਵਧੀਆ ਪਿਆਰ ਹੈ। ਮੈਂ ਕਹਿੰਦਾ ਇਹੋ ਜਿਹੇ ਪਿੰਡ ਹਰ ਪਾਸੇ ਹੋਣ। ਹੁਣ ਅਸੀਂ ਗੱਲ ਕਰਾਂਗੇ ਤੁਹਾਡੇ ਫੁੱਲਾਂ ਬੂਟਿਆਂ ਬਾਰੇ, ਬੂਟਿਆਂ ਬਾਰੇ, ਦਰੱਖਤਾਂ ਬਾਰੇ, ਕਿਉਂਕਿ ਅੱਜ ਦੁਨੀਆ ਦਾ, ਸੰਸਾਰ ਦੇ ਵਿੱਚ ਦੇਖਿਆ ਜਾਵੇ ਗਰਮੀ ਇੰਨੀ ਵੱਧ ਗਈ ਹੈ, ਪ੍ਰਦੂਸ਼ਣ ਇੰਨਾ ਵੱਧ ਗਿਆ ਹੈ। ਇਸ ਨੂੰ ਬਚਾਉਣ ਦੇ ਲਈ ਜੇ ਅਸੀਂ ਜ਼ਿੰਦਾ ਰਹਿਣਾ ਤਾਂ ਅਸੀਂ ਵੱਧ ਤੋਂ ਵੱਧ ਆਪਣੇ ਦਰੱਖਤ ਲਾਈਏ, ਕਿਉਂਕਿ ਜੋ ਦਰੱਖਤ ਹੈ ਸਾਨੂੰ ਦਿਨ ਦੇ ਟਾਈਮ 'ਤੇ ਪੂਰੀ ਆਕਸੀਜਨ ਦਿੰਦੇ ਨੇ ਜਿਹਦੇ ਨਾਲ ਵਾਤਾਵਰਨ ਸਾਫ਼ ਹੁੰਦਾ ਹੈ। ਕਿਉਂਕਿ ਅੱਜ ਸੰਸਾਰ 'ਚ ਬਹੁਤ ਵੱਡਾ ਸੰਕਟ ਹੈ
क्यों जो साड़ी ओजन लेयर है वो बहुत ही कमजोर होंदी जा रही है। ये साडे कल्ले पंजाब दी हिंदुस्तान दा नहीं, ये पूरी दुनिया दा एक चिंता दा विषय बनया होया है। इसका एको एक इलाज है कि असी वध तो वध दरख्त लाइए, जिथे भी जगह मिलती है असी वध तो वध दरख्त लाइए। हाँ, सिर्फ दरख्त लाइए ना, उसकी सांभ संभाल भी होनी जरूरी है, क्योंकि एक डका ला के मुड़ के तुम पानी नहीं पावे असी, या उन्होंने संभालेंगे नहीं तो वह लाने का भी कोई बड़ा फायदा नहीं। गिनती नहीं करनी, बेशक एक बंदा एक बूटा लावे पर उसी वो संभाल करे, क्योंकि जिस तरह साढ़े बुजुर्ग सानू शान देंदे आ बचपन दे विच, इस तरह जो दरख्त है जो वड्डे हुंदे आ वो सानू शान देंदे आ, सानू फल बूटे फल भी देंदे ने, फुल भी देंदे ने। और देखण जो सवेरे उठो तुसीं जो दरख्त हरियाली तुहानू नज़र आउंदी है, बंदे दा मन खुश हुंदा है, फुल देखदा खुश हुंदा है, जो उहनू फल लगे हुए ने उहदा मन होर भी खुश खुश हुंदा है। इस करके मैं तां इही बेनती करूँ सब नूं जो भी सुन रहे ने, भाई वध तों वध दरख्त लाओ, दरख्त ला के उहनू संभाल करो, क्योंकि यह जे जो साडा पोल्यूशन है इस वेले बहुत ज़्यादा हो रहा है, इसनों संभालने के वास्ते सिर्फ असी इको एक कराह साडे कोले, असी वध तो वध बूटे लाइए, दरख्त लाइए और चंगे वधिया दरख्त लाइए। अज दरख्तों की सानू फ्री दे विच तुहानू फौर बने मिलते ने, ते मैं मुड़ के अखीर विच यही बेनती करूँगा कि आओ सारे रल मिल के हमला मारीे इस मुहिम में, जो आप दरख्त लाने वन मतबा यू कामयाब करिए, साडा भला सब का संसार का हर एक का भला। ये नाल मैं जो साड़ी टीम आई है, हाँ जी डॉक्टर रमेश जी जो टीम है पुनरजोत आई बैंक, मैं उन्होंने भी इतने आने बहुत धन्यवाद करदा जिन्होंने सानू ये बूटे दिते ने, ते मैं इस तरह इन्हों भी मैं बेनती करूँगा कि हमेशा ही सानू वो तो वह सहयोग देन और साढ़े को भी वो तो वह सहयोग लैन। इन्ना कुछ कह के मैं थोड़ा खिमदा जा चुका है। बुलाओ फतेह, वाहगुरू जी का खालसा, श्री वाहगुरू जी की फतेह। मैं मास्टर सुखदेव सिंह पिंड सवाजपुरा, अज साडे पिंड दे विच पुनरजोत आई बैंक मंसूरां वाले आए ने, सानू भी इहदे विच अखां दा सब तो वड्डा दान हुंदा, क्योंकि अखां दा दान सब तो वड्डा महादान हुंदा, इस करके मैं भी अज इस खानदान दा फार्म भरिया। तो मैं लोगों नू भी अपील करदा भाई सार नू सारिआं नू भी अखां वध तो वध अखां दान करो, ते इस आई टीम दा मैं बहुत बहुत धन्यवाद। अखां दान महादान, महादान अखां दान। ਆਪਸੀ ਦੂਰੀ ਬਣਾ ਕੇ ਰੱਖੋ, ਵਾਰ ਵਾਰ ਹੱਥ ਸਾਬਣ ਨਾਲ ਧੋਵੋ, ਇਕੱਠ ਨਾ ਕਰੋ, ਮਾਸਕ ਲਗਾ ਕੇ ਰੱਖੋ। ਕਿਰਪਾ ਕਰਕੇ ਆਪਣੇ ਹੱਥ ਸਾਬਣ ਨਾਲ ਧੋਵੋ ਅਤੇ ਆਪਣੇ ਮੂੰਹ ਢੱਕ ਕੇ ਰੱਖੋ। मैं सरपंच सवाजपुरा, अखां दान महादान, महादान अखां दान। तो सारे ने पिंड सहवाजपुरे ने किवें अच्छे ढंग दे नाल अपने पिंड नूं ट्री प्लांटेशन करके बूटे ला के किधर सवारिया होया ते किवें तंदुरुस्त नजर आंदा है, आओ असीं अपन सिखिया लैंदे होए आपां भी अपने इलाके दे विच ट्री प्लांटेशन च हिस्सा पाईए ते अपने धरती नूं हरियावल करिए, तंदुरुस्त करिए ते खुद भी ध्यान रखिए। मैं दसना चाहवागा कि साडा जिहड़ा पिछले समय तो सेहत सिक्ख्या के एपीसोड खास करके आप डायबिटिक रेटिनोपैथी जी है शूगर के कारण अखा उत्ते माड़े असर होंगे ने, आप कंपेन शुरू की हुई है जिस मैं जरूर आप बेनती करना चाहवागा, आ कोविड के समय से कोविड तो मगरों जोड़े है लोग घर बैठे उन्होंने शूगर जीवन हैगी है बहुत वाद गई हुई है, तो उन्होंने ब्लड प्रैशर हाई हैगा, तो मानसिक तनाव करके अखा से बहुत पैर असर हो रहे हैं। सो मैं आप जी बेनती करा साढ़े अपने हॉस्पिटल डॉक्टर मेज सुपर स्पैशलिटी आई एन डी सेंटर भाई गंधी सिंह नगर साड़ी ब्रांच डॉक्टर मेश आई हॉस्पिटल मनसूरा साड़ी ब्रांच डॉक्टर मेश आई हॉस्पिटल ब्रांच रायकोट एडवांस आई सेंटर
अपने कपूर साहब विखे साडी मेहरबानी साडे डॉक्टर्स ते आई केयर प्रोफेशनल वालों स्पेशल एक कंपेन शुरू की हुई है जिसे मैं आपसे बेनती करा जी कोई भी इंसान जिनको डायबिटीज हैगी परिवार से डायबिटीज हैगी है वो अपने अखों की जांच जरूर करवा रहे हो। प्लीज सर मैं देखना रहा देखने जा रहा कि अपनी कोविड के कोविड तो बाद जो समा आ रहा है लोगों ने डायबिटीज आके अखों के जो डायबिटीज रेटिनोपैथी जो नुकसान हो जाते हैं उस दी अंधापन दृष्टिहीनता हो रही है। सो साडे ये छोटे छोटे प्रयास के कुदरत भी तंदुरुस्त करना है अपना धरती हरियावल करनी है खुशहाली करनी हैल्दी करनी है वातावरण हैल्दी करना तो अपने आप में हेल्दी रखना है। साडा छोटा प्रयास के कोशिश की गई है पिंड साढ़े हरियावल के भी बद रही गई है कि ध्यान कर रहे हैं रूप रूप आया है तो ना बेनती कर रहे हैं कि आप जी जो नॉलेज या आपके परिवार किसी भी शुगर हैगी है वो अखा की जाँच जरूर साढ़े को कोई नुकसान हो रहा है उसको बचाया जा सके। मैंने उम्मीद है तुम्हें साढ़ा ये छोटा जहा एपीसोड बहुत अच्छा लगे होगा तो मैं बेनती करा छोटे छोटे प्रयास नैक्सट शेयर करो थोड़े शेयर करना कोई भी नुकसान जो संभावित तौर पर अखों के नुकसान हो गए शरीर अंधापन हो जाएगा शुगर करके वो बच सकेगा। किसी ने भी ट्रीमप्लांटेशन या अखों की संभाल बारे कोई जानकारी हेल्प लेना चाहते हैं साढ़े इस कमेंट बॉक्स के सवाल पाओ अपन तुम जवाब देवे। अगले एपीसोड फिर तुहाडे कोल हाजिर होवांगे नवी हेल्थ एजुकेशन वीडियो लेके। थैंक यू वेरी मच। रुख मनुख की सांझ अनोखी सदियां तो जो चली आई रुख मनुख की सांझ अनोखी सदियां तो जो चली आई जन्म तो लेके मौत तक कैसी इना प्रीत निभाई बच्चा जो भी जन्म है लेंदा मां पई उसनू दुध चंगावे अपने कोलों ऑक्सीजन देके रुख बच्चे नू साथ दवावे।